ਕੈਨੇਡਾ ਤੋਂ ਆਇਆ ਇੱਕ ਪਰਿਵਾਰ ਸਿੱਧੂ ਦੇ ਟਰੈਕਟਰ ਅਤੇ ਸਿੱਧੂ ਦੀ ਲਾਸਟ ਰਾਈਡ ਜਾਣੀ ਕਿ ਥਾਰ ਨੂੰ ਦੇਖ ਲੱਗਾ ਰੋਣ, ਹੋ ਗਿਆ ਭਾਵੁਕ। ਦੋਸਤੋ, ਜਿਵੇਂ ਤੁਸੀਂ ਜਾਣਦੇ ਹੋ, ਹਰ ਐਤਵਾਰ ਨੂੰ ਸਿੱਧੂ ਦੀ ਹਵੇਲੀ ਵਿੱਚ ਹਜ਼ਾਰਾਂ ਬੰਦਿਆਂ ਦਾ ਇਕੱਠ ਹੁੰਦਾ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਬਾਹਰਲੇ ਦੇਸ਼ਾਂ ਤੋਂ NRI ਵੀਰ ਵੀ ਪਹੁੰਚਦੇ ਨੇ। ਉਹ ਸਿੱਧੂ ਦੀ ਉਹੀ ਥਾਰ ਦੇਖ ਭਾਵੁਕ ਹੋ ਜਾਂਦੇ ਨੇ ਜਿਸ ਦੇ ਉੱਪਰ ਗੋਲੀਆਂ ਦੇ ਨਿਸ਼ਾਨ ਹਾਲੇ ਵੀ ਪਏ ਨੇ, ਨਾਲ ਸਿੱਧੂ ਦਾ ਨਾਟ 11 ਅਤੇ ਉਸ ਤੋਂ ਇਲਾਵਾ ਹੋਰ ਸਿੱਧੂ ਦੇ ਜਿਹੜੇ ਸਾਰੇ ਟਰੈਕਟਰ ਨੇ ਉਹਨਾਂ ਨੂੰ ਦੇਖ ਕੇ ਸਾਰੇ ਫੈਨ ਭਾਵੁਕ ਹੋ ਜਾਂਦੇ ਨੇ। ਇਸੇ ਤਰ੍ਹਾਂ ਇਹ ਕੁੜੀ ਜਿਹੜੀ ਕਿ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ, ਆਪਣੇ ਪਰਿਵਾਰ ਦੇ ਨਾਲ ਕੈਨੇਡਾ ਤੋਂ ਆਈ ਸੀ ਅਤੇ ਇਹ ਵੀ ਕਾਫੀ ਜ਼ਿਆਦਾ ਭਾਵੁਕ ਹੋ ਗਈ ਸਿੱਧੂ ਦੇ ਟਰੈਕਟਰ ਦੇਖ ਅਤੇ ਸਿੱਧੂ ਦੀ ਥਾਰ ਦੇਖ। ਤਾਜਵੀਰ ਇਸੀ ਕੈਨੇਡਾ ਤੋਂ ਆਏ ਸੀਗੇ ਅਤੇ ਇਸੀ ਸਿੱਧੂ ਨੂੰ ਬਹੁਤ ਸੁਣਦੇ ਸੀਗੇ ਅਤੇ ਬਹੁਤ ਫੈਨ ਸੀ ਉਹਦੇ। ਉਹਦੇ ਕੋਲ ਇੰਪੈਕਟ ਵੀ ਬਹੁਤ ਸੀਗਾ ਸਾਰਾ ਯੂਥ 'ਤੇ, ਅਤੇ ਉਹਨਾਂ ਨੇ ਬਹੁਤ ਸਿਖਾਇਆ ਸਾਨੂੰ, ਪੰਜਾਬ ਦੀ ਹਿਸਟਰੀ ਬਾਰੇ ਦੱਸਿਆ, ਅਤੇ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਜਿਹੜੀ ਲਾਈਕ ਅਸੀਂ ਊਂ ਸਿੱਖ ਨਹੀਂ ਸਕਦੇ ਸੀਗੇ, ਜਿਹੜੀ ਬਲੌਕ ਕੀਤੀ ਗਈ ਸੀ। ਸੋ ਇਸੀ ਉਹਦੇ ਜਸਟਿਸ ਵਾਸਤੇ ਹੈਗੇ ਆ, ਅਤੇ ਆਰੋ ਥਿੰਕ ਗਵਰਨਮੈਂਟ ਨੇ ਹਲੇ ਜਸਟਿਸ ਦਿੱਤਾ ਵਾ। ਜਦੋਂ ਤੋਂ ਫਸਟ ਸੌਂਗ ਆਇਆ ਸੀਗਾ ਉਹਨਾਂ ਦਾ, ਉਹਨਾਂ ਨੇ ਰਿਲੀਜ਼ ਕੀਤਾ ਸੀਗਾ, ਅਤੇ ਉਦੋਂ ਅਸੀਂ ਗ੍ਰੇਟ 10 ਸੀਗੇ, ਕਾਫੀ ਛੋਟੇ ਸੀ ਉਦੋਂ ਸੁਣਿਆ ਸੀਗਾ ਸਿੱਧੂ ਦਾ ਗਾਣਾ। ਹੀ ਵਾਜ਼ ਉਹ ਓਨੈਸਟ ਸੀਗੇ ਅਤੇ ਉਹ ਬੋਲ ਸੀਗਾ ਜੋ ਉਹਨਾਂ ਦੇ ਮਨ 'ਤੇ ਸੀ ਉਹ ਉਹੀ ਕਹਿੰਦੇ ਸੀਗੇ। ਸੋ ਉਹ ਓਨੈਸਟ ਸੀਗੇ, ਉਹ ਸਾਨੂੰ ਸਿਖਾਉਂਦੇ ਸੀ ਵੀ ਓਨੈਸਟ ਕਿਵੇਂ ਬਣੀਦਾ ਵਾ, ਅਤੇ ਲਾਈਕ ਉਹ ਸਾਰਾ ਦੱਸਦੇ ਸੀਗੇ ਵੀ ਸੱਚ, ਲਾਈਕ ਸੱਚ ਸੱਚ ਵੀ ਸਾਨੂੰ ਵੀ ਇਨਕਰੇਜ ਕਰਦੇ ਸੀਗੇ ਵੀ ਅਸੀਂ ਸਿੱਖੀਏ ਅਸੀਂ ਜਾਣੀਏ। ਇਹ ਥਾਰ ਦੇਖੀ ਹੈ, ਕੰਡੀਸ਼ਨਸ ਦੇਖੀ ਤੁਸੀਂ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੱਸਦੇ? ਡੈਫੀਨਿਟਲੀ ਕਹਿ ਸਕਦੇ ਵੀ ਗਵਰਨਮੈਂਟ ਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਵਾ, ਅਤੇ ਗਵਰਨਮੈਂਟ ਦਾ ਜ਼ਿਆਦਾ ਹੱਥ ਹੋਣਾ ਚਾਹੀਦਾ ਵਾ ਇਹਦੇ 'ਚ, ਅਤੇ ਲਾਈਕ ਉਹ ਸਪੋਰਟ ਕਰਨ ਅਤੇ ਸਿੱਧੂ ਜਸਟਿਸ ਦੇਣ। ਤੁਸੀਂ ਪੰਜਾਬ ਤੋਂ ਗਏ ਹੋ, ਕੀ ਲੱਗਦਾ ਪੰਜਾਬ 'ਚ ਆਉਣਾ ਚਾਹੀਦਾ, ਰਹਿਣਾ ਚਾਹੀਦਾ? ਪੰਜਾਬ ਇਟਸੈਲਫ ਯੈਸ, ਪਰ ਜੇ ਗਵਰਨਮੈਂਟ ਸਟਫ ਸਾਰੀ ਬੈਟਰ ਹੋਵੇ ਤੇ ਹੋਰ ਵੀ ਜ਼ਿਆਦਾ ਸੇਫ ਕਰੂ ਫੀਲ ਕਰੂਗਾ ਬੰਦਾ। ਇੱਥੇ ਸੇਫ ਫੀਲ ਕਰਦੇ ਹੋ ਜੀ ਉੱਥੇ? ਅਕੋਰਡਿੰਗ ਟੂ ਉਹਦੇ ਲਾਈਕ ਆਈ ਵੁੱਡ ਸੇ ਵੀ ਉੱਥੇ ਕੈਨੇਡਾ ਦੇ ਵਿੱਚ, ਪਰ ਜੇ ਗਵਰਨਮੈਂਟ ਇੱਥੇ ਬੈਟਰ ਹੋਊਗੀ ਤਾਂ ਰੂਲਸ ਵੀ ਇੱਥੇ ਬੈਟਰ ਬਣ ਗਏ, ਸੋ ਫਿਰ ਇੱਥੇ ਵੀ ਸੇਫ ਫੀਲ ਕਰੂਗਾ। ਦੋਸਤੋ, ਬਹੁਤ ਸਾਰੇ ਲੋਕ ਤਾਂ ਐਸੇ ਨੇ ਜਿਹੜੇ ਸਿੱਧੂ ਮੂਸੇਵਾਲੇ ਨੂੰ ਮਿਲੇ ਪਹਿਲਾਂ ਅਤੇ ਉਹ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੇ ਨੇ, ਪਰ ਬਹੁਤ ਸਾਰੇ ਲੋਕ ਐਸੇ ਵੀ ਨੇ ਜੋ ਆਖਦੇ ਨੇ ਕਿ ਜ਼ਿੰਦਗੀ ਦੀ ਵੱਡੀ ਗਲਤੀ ਹੋ ਗਈ, ਜਿਉਂਦੇ ਜੀ ਅਸੀਂ ਸਿੱਧੂ ਮੂਸੇਵਾਲੇ ਨੂੰ ਨਹੀਂ ਮਿਲ ਸਕੇ, ਅਤੇ ਉਹ ਸਿੱਧੂ ਦੀ ਹਵੇਲੀ ਆ ਕੇ ਸਿੱਧੂ ਦੇ ਸਟੈਚੂ ਕੋਲ ਖੜ ਕੇ ਰੋਂਦੇ ਵੀ ਨੇ ਕਿ ਸਾਡੇ ਤੋਂ ਐਡੀ ਮਹਾਨ ਹਸਤੀ ਨੂੰ ਮਿਲਿਆ ਨਹੀਂ ਗਿਆ, ਅਤੇ ਉਹ ਸਿੱਧੂ ਦੇ ਟਰੈਕਟਰ, ਸਿੱਧੂ ਦੀ ਥਾਰ, ਇਹਨਾਂ ਚੀਜ਼ਾਂ ਦੇ ਵਿੱਚੋਂ ਹੀ ਸਿੱਧੂ ਮੂਸੇਵਾਲੇ ਨੂੰ ਦੇਖਦੇ ਨੇ।